ਬਾਹਰ ਜਦੋਂ ਆਦਮੀ ਜਾਂਦਾ ਹੈ ਤਾਂ ਪੂਰੇ ਘਰ ਵਾਲਿਆਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਇੱਕ ਅੱਛਾ ਨੇਕ ਕੰਮ ਕਰਨ ਜਾ ਰਿਹਾ। ਘਰ ਵਾਲਿਆਂ ਨੂੰ ਇਹ ਥੋੜ੍ਹੀ ਪਤਾ ਹੈ ਕਿ ਜਾ ਕੇ ਬਾਹਰ ਜਾਏਗਾ, ਝੂਠ, ਫਰੇਬ, ਜੂਆ, ਸ਼ਰਾਬ ਇਹ ਸਭ ਕਰੇਗਾ। ਘਰ ਵਾਲਿਆਂ ਨੂੰ ਤਾਂ ਇਹੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜਾ ਘਰ ਹੈਗਾ ਇੱਕ ਤਰ੍ਹਾਂ ਦਾ ਮੰਦਿਰ ਦੇ ਬਰਾਬਰ ਹੈ, ਗੁਰਦੁਆਰੇ ਦੇ ਬਰਾਬਰ ਹੈ, ਔਰ ਇੱਕ ਗ੍ਰਸਥ ਜਿਹੜਾ ਹੈਗਾ ਇੱਕ ਬਹੁਤ ਵੱਡਾ ਆਸ਼ਰਮ ਹੈ। ਇਸ ਦੇ ਅੰਦਰ ਜਿਹੜੇ ਲੋਕ ਆਪਣੀ ਡਿਊਟੀ ਨੂੰ ਸਮਝਦੇ ਨੇ, ਕਿਉਂਕਿ ਗੁਰਦੁਆਰੇ ਦੇ ਵਿੱਚ ਵੀ ਜਾਓ ਤੁਸੀਂ ਤਾਂ ਹਰੇਕ ਗ੍ਰੰਥੀ ਨੇ ਜੋ ਹੈ ਆਪਣੀ ਆਪਣੀ ਡਿਊਟੀ ਜੋ ਹੈ ਬਣਾ ਕੇ ਰੱਖੀ ਹੋਈ ਹੈ ਕਿ ਇਹਨੇ ਇਹ ਕੰਮ ਕਰਨਾ, ਉਹਨੇ ਇਹ ਕੰਮ ਕਰਨਾ। ਇਸ ਤਰ੍ਹਾਂ ਹੀ ਪਰਿਵਾਰ ਦੇ ਅੰਦਰ ਹੈ ਕਿ ਆਪਸ ਦੇ ਵਿੱਚ ਹੀ ਅਸੀਂ ਅਗਰ ਕੰਮ ਨੂੰ ਵੰਡਾਂਗੇ ਤਾਂ ਘਰ ਦਾ ਪੂਰਾ ਕੰਮ ਹੋਏਗਾ, ਔਰ ਇੱਕੋ ਦੇ ਉੱਤੇ ਅਸੀਂ ਬੋਝ ਪਾ ਦੇਵਾਂਗੇ ਕਿ ਹਾਂ ਜੀ ਹਾਂ ਡੈਡੀ ਨੇ ਤਾਂ ਡੈਡੀ ਹੀ ਕਰਨਗੇ, ਜਾਂ ਉਹ ਬੇਟੇ ਦੇ ਉੱਤੇ ਬੇਟੇ, ਅਗਰ ਮੰਨ ਲਓ ਕਮਾਨ ਦਮਾਨ ਵਾਲਾ ਹੋ ਗਿਆ ਕਿ ਹਾਂ ਜੀ ਬੇਟਾ ਹੀ ਸਭ ਕੁਝ ਕਰੇਗਾ। ਕਿਉਂਕਿ ਹਰ ਸਦੱਸਯ ਦੀ, ਹਰ ਪਰਿਵਾਰ ਦੀ ਜੋ ਹੈ ਇੱਕ ਨਾ ਇੱਕ ਕੋਈ ਨਾ ਕੋਈ ਕੋਈ ਨਾ ਕੋਈ ਮੁਸ਼ਕਿਲ ਹੁੰਦੀ ਹੈ, ਕਿਉਂਕਿ ਆਪਣੇ ਭਰਾਵਾਂ ਦੇ ਵਿੱਚ ਆਪਸ 'ਚ ਨਾ ਬਣਨਾ, ਪਤੀ ਪਤਨੀ ਦਾ ਆਪਸ ਦੇ ਅੰਦਰ ਨਾ ਬਣਨਾ, ਬੱਚਿਆਂ ਦੇ ਨਾਲ ਮਾਤਾ ਪਿਤਾ ਦੀ ਨਾ ਬਣਨੀ, ਇਹ ਕੁੰਡਲੀ ਦੀ ਗ੍ਰਹਿ ਚਾਲ ਨਹੀਂ ਹੈ ਅਤੇ ਹੋਰ ਕੀ ਹੈ। ਇਸ ਨੂੰ ਅਸੀਂ ਆਪਣੇ ਆਪ ਨੂੰ ਦਰੁਸਤ ਕਰੀਏ, ਕਿਉਂਕਿ ਸਭ ਤੋਂ ਪਹਿਲੇ ਤਾਂ ਸਾਨੂੰ ਆਪਣੇ ਆਪ ਨੂੰ ਠੀਕ ਕਰਨਾ ਪਏਗਾ ਨਾ, ਕਿਉਂਕਿ ਇੱਕ ਇਨਸਾਨ ਆਪਣੇ ਆਪ 'ਚ ਠੀਕ ਹੋਏਗਾ ਤਾਂ ਉਹ ਹੋਰ ਦੂਸਰੇ ਆਦਮੀ ਨੂੰ ਵੀ ਠੀਕ ਕਰ ਸਕਦਾ, ਕਿ ਆਪ ਹੀ ਡਿੱਗਿਆ ਹੋਇਆ, ਆਪ ਹੀ ਉਹਦੀ ਤਬੀਅਤ ਖਰਾਬ ਹੈ, ਆਪ ਹੀ ਉਹਦਾ ਡਿਪਰੈਸ਼ਨ ਵਿੱਚ ਗਿਆ ਹੋਇਆ, ਅਤੇ ਉਹਨੇ ਪਰਿਵਾਰ ਦੇ ਅੰਦਰ ਕੀ ਕਿਸੇ ਦਾ ਕਰ ਲੈਣਾ ਹੈਗਾ। ਤੁਸੀਂ ਇਹ ਦੇਖੋ ਕਿ ਜਰਾ ਜਿਹਾ ਬੁਖਾਰ ਵੀ ਹੋ ਜਾਂਦਾ ਅਤੇ ਇਨਸਾਨ ਜੋ ਹੈ ਚੁੱਪਚਾਪ ਬੈਠ ਜਾਂਦਾ ਹੈਗਾ। ਇਸ ਤਰ੍ਹਾਂ ਜੋ ਹੈ ਹਰ ਇਨਸਾਨ ਇਹੀ ਸੋਚਦਾ ਕਿ ਮੇਰੇ ਨਾਲ ਜਿਹੜੇ ਲੋਕ ਨੇ ਮੇਰਾ ਸਾਥ ਦੇਣਗੇ। ਕੋਈ ਕਹੇਗਾ ਪਾਪਾ ਮੈਂ ਦਵਾਈ ਲਿਆਉਂ, ਵਾਈਫ ਕਹੇਗੀ ਚਲੋ ਜੀ ਮੈਂ ਇਹ ਖਾਣਾ ਬਣਾਉਣੀ ਹੈ, ਇਹ ਕਰਨੀ ਆ, ਅਤੇ ਇਹਦੇ ਅੰਦਰ ਪਰਿਵਾਰ ਦਾ ਜਿਹੜਾ ਲਗਾਓ ਹੈਗਾ ਉਹ ਬਣ ਜਾਂਦਾ ਹੈਗਾ। ਲੇਕਿਨ ਕਈ ਘਰਾਂ ਦੇ ਅੰਦਰ ਤਾਂ ਆਵੇ ਕਿ ਆਪਣਾ ਇੱਕ ਜਣਾ ਕੋਈ ਚਾਰ ਪਾਈ ਤਾਂ ਪਿਆ ਹੈ ਤਾਂ ਪਿਆ ਆ, ਕਿਸੇ ਨੂੰ ਕੋਈ ਪਤਾ ਹੀ ਨਹੀਂ ਕਿ ਹਾਂ ਵੀ ਇਹ ਘਰ ਦਾ ਵੀ ਮੈਂਬਰ ਹੈ ਕਿ ਨਹੀਂ ਹੈ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਖਣ ਵਿੱਚ ਜ਼ਿਆਦਾ, ਕਿਉਂਕਿ ਸਾਡੇ ਕੋਲ ਲੋਕ ਆਉਂਦੇ ਰਹਿੰਦੇ ਨੇ ਅਲੱਗ ਅਲੱਗ ਤਰੀਕੇ ਦੇ। ਹੋਰ ਸਭ ਤੋਂ ਵੱਡੀ ਗੱਲ ਇਹ ਵੀ ਕਿ ਇਹ ਹਿੰਦੂ ਵੀ ਉਪਾਅ ਕਰ ਸਕਦਾ, ਮੁਸਲਿਮ ਵੀ ਕਰ ਸਕਦਾ, ਸਿੱਖ ਵੀ ਕਰ ਸਕਦਾ, ਈਸਾਈ ਵੀ ਕਰ ਸਕਦਾ, ਸਭ ਲੋਕ ਇਹ ਉਪਾਅ ਕਰ ਸਕਦੇ ਆ, ਕਿਉਂਕਿ ਸਾਡਾ ਖੂਨ ਲਾਲ ਹੈਗਾ, ਕੁਦਰਤ ਦੀ ਤਰਫੋਂ ਅਸੀਂ ਕੁਦਰਤ ਦੇ ਬੰਦੇ ਹਾਂ। ਲੇਕਿਨ ਇਹ ਜਿਹੜਾ ਜਾਤੀ ਵਾਲਾ ਕੰਮ ਹੈਗਾ ਇਹ ਇਨਸਾਨ ਨੇ ਆਪਣੇ ਆਪ ਵੰਡਿਆ ਹੋਇਆ ਹੈਗਾ, ਕਿਸੇ ਨੇ, ਕੁਦਰਤ ਨੇ ਨਹੀਂ ਇਹ ਵੰਡਿਆ ਹੋਇਆ। ਕੁਦਰਤ ਅਸੀਂ ਕੀ ਕਰਨੇ ਹਾਂ ਕਿ ਕੁਦਰਤ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਕੁਦਰਤ ਹੈ ਉਹ ਸਾਨੂੰ ਖੁਸ਼ ਦੇਖਣਾ ਚਾਹੁੰਦੀ ਹੈ। ਕਿਉਂਕਿ ਅੱਜ ਤੁਸੀਂ ਜਿੰਨੇ ਵੀ ਅਗਰ ਮੰਦਿਰ ਜਾਂਦੇ ਹਾਂ ਜਾਂ ਗੁਰਦੁਆਰੇ ਜਾਂਦੇ ਹਾਂ ਜਾਂ ਜਿੱਥੇ ਵੀ ਜਾਂਦੇ ਹਾਂ, ਆਪਣੇ ਅਸੀਂ ਇਹ ਸੋਚ ਕੇ ਜਾਂਦੇ ਹਾਂ ਕਿ ਸਾਡੇ ਮਨ ਨੂੰ ਸ਼ਾਂਤੀ ਮਿਲੇਗੀ ਔਰ ਜਾ ਕੇ ਉੱਥੇ ਮਨ ਚੰਗਾ ਹੋ ਜਾਏਗਾ। ਲੇਕਿਨ ਫਿਰ ਉਸ ਤੋਂ ਬਾਅਦ ਮੰਦਿਰ ਜਾਂ ਗੁਰਦੁਆਰੇ ਜਾਣ ਤੋਂ ਬਾਅਦ ਤਾਂ ਆਦਮੀ ਆਏਗਾ ਤਾਂ ਘਰ ਹੀ, ਅਤੇ ਜਦ ਉਹ ਘਰ ਆਏਗਾ ਤਾਂ ਉਹ ਵੈਸਾ ਹੀ ਵਾਤਾਵਰਨ ਦੇਖੇਗਾ ਅਤੇ ਉਹਦਾ ਤਾਂ ਆਉਣਾ ਜਾਣਾ ਬੇਕਾਰ ਹੋ ਗਿਆ। ਕਿਉਂਕਿ ਹਰ ਇਨਸਾਨ ਇਹ ਚਾਹੁੰਦਾ ਹੈ, ਜਦ ਇੰਨਾ ਲਾਲਚੀ ਇਨਸਾਨ ਹੈ ਕਿ ਉਹ ਜੋ ਵੀ ਕੋਈ ਕੰਮ ਕਰੇ ਉਹਦਾ ਉਹਨੂੰ ਫਲ ਮਿਲੇ। ਕਿਉਂਕਿ ਅਗਰ ਕੋਈ ਦਾਨ ਵੀ ਦਿੰਦਾ ਸੋਚਦਾ ਕਿ ਮੈਂ ਆਪਣੇ ਆਪ 'ਚ ਠੀਕ ਰਹਾਂ, ਮੇਰਾ ਪਰਿਵਾਰ ਠੀਕ ਰਹੇ। ਇਸ ਤਰ੍ਹਾਂ ਹੀ ਹੈ ਵੀ ਕਿ ਜਦ ਤੁਹਾਡੇ ਹੱਥ ਬਰਕਤ ਦੀ ਤਰਫ ਉੱਠਣਗੇ, ਅਗਰ ਜੇ ਇਹ ਹੀ ਉੱਠਣਗੇ ਹੱਥ ਤੁਹਾਡੇ, ਕਦੀ ਪਤੀ ਪਤਨੀ 'ਚ ਆਪਸ ਝਗੜਾ ਹੋ ਗਿਆ, ਮਾਰ ਕੁਟਾਈ ਹੋ ਗਈ, ਕਦੀ ਬੱਚਿਆਂ ਨਾਲ ਮਾਰ ਕੁਟਾਈ ਹੋ ਗਈ, ਹੋ ਗਿਆ ਬਸ, ਅਤੇ ਫਿਰ ਉਹ ਬਰਕਤ ਵਾਲੇ ਹੱਥ ਕਿੱਥੇ ਰਹਿ ਗਏ? ਅਤੇ ਇਹ ਹੱਥ ਬਰਕਤ ਵਾਲੇ ਬਣੇ ਰਹਿਣ ਤਾਂ ਲਾਲ ਕਿਤਾਬ ਦੇ ਉਪਾਅ। ਇਸ ਕਰਕੇ ਵਾਰ ਵਾਰ ਇੰਨਾ ਸਮੇਂ ਕੀਮਤੀ ਹੈ ਕਿ ਮੈਂ ਤੁਹਾਡੇ ਤੱਕ ਪਹੁੰਚ ਰਿਹਾ ਵਾਂ, ਔਰ ਤੁਹਾਨੂੰ ਮੈਂ ਇਹ ਆਗਾਹ ਕਰਾ ਰਿਹਾ ਕਿ ਇਨਸਾਨ ਸਿਰਫ ਲਾਲ ਕਿਤਾਬ ਇਸ ਕਰਕੇ ਹੈ ਕਿਉਂਕਿ ਇਹ ਜ਼ਿੰਮੇਦਾਰੀ ਪੂਰੀ ਨਹੀਂ ਬਣਦੀ ਹੈ ਕਿ ਅੱਜ ਤੁਸੀਂ ਉਪਾਅ ਕੀਤੇ ਨੇ, ਤੁਸੀਂ ਕਹਿਣ ਵਾਲੇ ਬਣ ਜਾਂਦੇ ਹੋ ਮੈਨੂੰ ਕਿ ਹਾਂਜੀ ਅਸੀਂ ਇਹ ਉਪਾਅ ਕੀਤੇ ਅਤੇ ਸਾਡਾ ਇਹ ਕੰਮ ਠੀਕ ਹੋ ਗਿਆ। ਕੋਈ ਕਹਿੰਦੇ ਨੇ ਜੀ ਸਾਡਾ ਤਾਂ ਕੁਛ ਵੀ ਨਹੀਂ ਹੋਇਆ। ਹੁਣ ਜਦ ਕੁਛ ਵੀ ਨਹੀਂ ਹੋਇਆ ਤਾਂ ਇਹ ਵੀ ਤਾਂ ਦੇਖੋ ਨਾ ਕਿ ਤੁਹਾਡੀ ਕੁੰਡਲੀ ਦੇ ਅੰਦਰ ਪ੍ਰੋਬਲਮ ਕਿੰਨੀਆਂ ਆਉਣਗੀਆਂ ਕਿ ਅੱਜ ਅਗਰ ਤੁਸੀਂ ਕੋਈ ਜ਼ਮੀਨ ਵੀ ਖਰੀਦਦੇ ਹੋ, ਅਗਰ ਉਹ ਉਬੜ ਖਾਬੜ ਹੈਗੀ ਹੈ ਅਤੇ ਉਸ ਨੂੰ ਪਹਿਲੇ ਪੈਰਲਲ ਕਰਾਂਗੇ ਤਦ ਕਿਧਰੇ ਜਾ ਕੇ ਤੁਸੀਂ ਉੱਥੇ ਕਮਰਾ ਪਾ ਸਕਦੇ ਹੋ। ਇਸ ਤਰ੍ਹਾਂ ਹਰੇਕ ਇਨਸਾਨ ਦੀ ਕੁੰਡਲੀ ਹੈਗੀ ਕਿ ਅਗਰ ਮੰਨ ਲਓ ਉਹਦੇ ਅੰਦਰ ਕੋਈ ਕਾਲ ਸਰਬ ਦੋਸ਼ ਹੈ ਜਾਂ ਗ੍ਰਹਿਣ ਵਾਲੀ ਕੁੰਡਲੀ ਹੈ ਜਾਂ ਮੰਗਲਿਕ ਦੋਸ਼ ਹੈ, ਇਹ ਹੌਲੀ ਹੌਲੀ ਕੁੰਡਲੀ ਦੇ ਅੰਦਰ ਮਾਈਨਸ ਹੁੰਦੇ ਨੇ ਅਤੇ ਉਹ ਤਦ ਕਿਧਰੇ ਜਾ ਕੇ ਉਹ ਪੈਰਲਲ ਕੁੰਡਲੀ ਹੁੰਦੀ ਹੈ ਅਤੇ ਤਦ ਜਿਹੜੇ ਉਪਾਅ ਨੇ ਉਹ ਜਲਦੀ ਕੰਮ ਕਰਦੇ ਨੇ। ਕਿਉਂਕਿ ਹਰੇਕ ਇਨਸਾਨ ਜਿਵੇਂ ਮੈਂ ਕਹਿੰਦਾ ਵਾਂ ਕਿ ਸਮੇਂ ਚਲਾਇਮਾਨ ਹੈ, ਜਿਹਨੇ ਜਦੋਂ ਪੈਦਾ ਹੋਣਾ ਸੀ ਹੋ ਗਿਆ, ਉਹਦੀ ਕੁੰਡਲੀ ਤਿਆਰ ਹੋ ਗਈ। ਅਗਰ ਮੰਨ ਲਓ ਉਹਦੀ ਕੁੰਡਲੀ ਦੇ ਅੰਦਰ ਕੋਈ ਦੋਸ਼ ਆ ਗਿਆ ਤਾਂ ਉਹਨੂੰ ਮਾਈਨਸ, ਉਹ ਮਾਈਨਸ ਕਿਵੇਂ ਕੀਤਾ ਜਾਏ? ਤਾਂ ਲਾਲ ਕਿਤਾਬ ਦੇ ਜ਼ਰੀਏ ਇਹੀ ਤਾਂ ਅਸੀਂ ਕਰ ਰਹੇ ਹਾਂ, ਕਿਉਂਕਿ ਇਹ ਇੱਕ ਕੁਦਰਤੀ ਉਪਾਅ ਨੇ ਔਰ ਇਹਦੇ ਅੰਦਰ ਇੰਨੀ ਰੂਹਾਨੀ ਤਾਕਤ ਛੁਪੀ ਹੋਈ ਹੈ ਕਿ ਜਦੋਂ ਤੁਸੀਂ ਇਹ ਉਪਾਅ ਕਰਨੇ ਹੋ ਤਾਂ ਤੁਹਾਡੀ ਪਾਠ ਪੂਜਾ
ਘਰ ਦੇ ਅੰਦਰ ਰਹਿਣਾ ਇਹ ਸਭ ਸਫਲ ਹੋ ਜਾਂਦਾ ਹੈ ਔਰ ਲਾਲ ਕਿਤਾਬ ਬਣੀ ਰਹੇਗੀ ਤੁਹਾਡੇ ਨਾਲ ਔਰ ਹਰ ਵਾਰ ਤੁਹਾਡੇ ਨਾਲ ਪਰਤ ਦਰ ਪਰਤ ਖੋਲ ਕੇ ਲਾਲ ਕਿਤਾਬ ਦਾ ਫਰਮਾਨ ਸੁਣਾਉਂਦਾ ਰਹਾਂਗਾ ਨਮਸਕਾਰ